ਹੈਲੋ, ਮੇਰਾ ਨਾਂ ਚੌਧਰੀ ਰਜਿੰਦਰ ਨਿੱਜਰ ਹੈਗਾ ਅਤੇ ਮੈਂ ਪੰਡੋਰੀ ਨਿੱਜਰਾਂ ਦਾ ਜੱਟ ਹੈਗਾ। ਜੱਟ ਕੌਮ ਹੈਗੀ। ਜੱਟ ਉਹ ਹੁੰਦਾ ਜਿਹੜਾ ਜੱਟ ਦੀ ਸੱਟ ਹੋਵੇ। ਹਰ ਇੱਕ ਜਿਹੜਾ ਹੁੰਦਾ ਜ਼ਿਮੀਂਦਾਰ ਜਿਹੜਾ ਹੁੰਦਾ ਉਹ ਕਿਸਾਨ ਹੁੰਦਾ ਹੈਗਾ। ਬਾਹਲੇ ਜਿਹੜੇ ਲੋਕ ਹੈਗੇ ਕਿਸਾਨ ਪੰਜਾਬ ਵਿੱਚ ਉਹ ਜੱਟ ਹੈਗੇ ਨੇ। ਬਾਕੀ ਅਰਾਈਂ ਵੀ ਹੈਗੇ ਨੇ ਅਤੇ ਹੋਰ ਕੰਬੋ ਹੈਗੇ ਨੇ, ਹੋਰ ਜਾਤਾਂ ਦੇ ਵੀ ਹੈਗੇ, ਲੇਕਿਨ ਮੈਜੋਰਟੀ ਜਿਹੜੀ ਨਾ ਉਹ ਜੱਟਾਂ ਦੀ ਹੈਗੀ। ਅਤੇ ਜਿਹੜਾ ਪੰਜਾਬ ਹੈਗਾ ਹੈ ਹੀ ਘਰ ਜੱਟਾਂ ਦਾ। ਪੰਜਾਬ, ਰਾਜਸਥਾਨ, ਯੂਪੀ ਇਹ ਜੱਟਾਂ ਦਾ ਘਰ ਹੈਗਾ। ਅਤੇ ਜੱਟ ਪੈਦਾ ਹੁੰਦਾ, ਜੱਟ ਮਰਦਾ ਹੈਗਾ। ਹੁਣ ਰੋਸ ਦਿਖਾ ਰਹੇ ਨੇ ਜਿਹੜਾ 25 ਸਪਟੰਬਰ ਨੂੰ ਉੱਥੇ ਕੱਢਣਾ ਇਹਨਾਂ ਨੇ ਜਲੂਸ ਇਟਲੀ ਅਤੇ ਹੋਰ ਜਗ੍ਹਾ 'ਤੇ ਕਿ ਪੱਗ ਦੇ ਸਿੱਖ ਬਣਨਾ ਹੈਗਾ। ਅਤੇ ਪੱਗ ਦਾ ਸਿੱਖ ਨਹੀਂ ਹੁੰਦਾ, ਪੱਗ ਦਾ ਸਿੱਖ ਤਾਂ ਹੁੰਦਾ ਜਿਹਨੂੰ ਕੋਈ ਸਿੱਖਿਆ ਹੋਵੇ। ਸਿੱਖ ਕਹਿੰਦੇ ਸ਼ਿਸ਼ ਨੂੰ। ਸਿੱਖਿਆ ਤਦ ਹੀ ਪਤਾ ਲੱਗੂ ਜਦੋਂ ਮੂੰਹ 'ਚ ਕੁਛ ਬੋਲੂਗਾ ਤਾਂ ਪਤਾ ਲੱਗੇਗਾ ਵੀ ਕੀ ਸਿੱਖਿਆ ਹੈਗਾ। ਜੇ ਬੋਲੇਗਾ ਆਲ ਪਤਾਲ ਫਿਰ ਉਹਨੂੰ ਸਿੱਖ ਜਿਹੜਾ ਕਹੂਗਾ ਨਾ ਉਹ ਉੱਦਾਂ ਦੇ ਕਮਲਾ ਹੋਊਗਾ ਜਿੱਦਾਂ ਦੇ ਉਹ ਕਮਲੇ ਹੈਗੇ ਨੇ। ਅਤੇ ਇਹ ਜਿਹੜੇ ਹੈਗੇ ਜਿਹੜੇ ਟਰਬਨ ਦਿਖਾ ਕੇ ਜਿਹੜਾ ਆਪਣੇ ਆਪ ਨੂੰ ਸਿੱਖ ਬਣਦੇ ਨੇ ਇਹ ਫਨੈਟਿਕ ਹੈਗੇ ਨੇ। ਫਨੈਟਿਕ ਦੇ ਜੁੱਤੀਆਂ ਪੈਂਦੀਆਂ ਨੇ। ਜਦੋਂ 1984 'ਚ ਵੀ ਜੁੱਤੀਆਂ ਪਈਆਂ ਸੀ ਉੱਥੇ ਦਿੱਲੀ 'ਚ, ਜੇ ਕਿਸੇ ਨੇ ਕੁਝ ਸਿੱਖਿਆ ਹੁੰਦਾ ਤਾਂ ਉਹਨੂੰ ਹੱਥ ਨਹੀਂ ਸੀ ਲਾਉਣਾ ਕਿਸੇ ਨੇ। ਅਤੇ ਇਹ ਸਿੱਖ ਬਣੇ ਸੀ ਪਗੜੀ ਅਤੇ ਦਾੜ੍ਹੀ ਦਿਖਾ ਕੇ, ਅਤੇ ਸਾਰਾ ਸਿੱਖ ਕੌਮ ਦਾ ਪ੍ਰਚਾਰ ਕਰਦੇ ਨੇ। ਸਿੱਖ ਪੰਥ ਹੈਗਾ, ਕੌਮ ਮੇਰੀ ਜੱਟ ਹੈਗੀ, ਪੰਥ ਮੇਰਾ ਸਿੱਖ ਹੈਗਾ। ਪੰਥ ਹੁੰਦਾ ਜਮੈਤ, ਇਹਦੀ ਸਿੱਖ 'ਚ ਪੰਥ 'ਚ ਕੋਈ ਵੀ ਆ ਸਕਦਾ ਹੈਗਾ। ਚੂੜਾ, ਚਮਾੜ, ਤਰਖਾਣ, ਲੁਹਾਰ ਅਤੇ ਗੋਰੇ ਅਤੇ ਕਾਲੇ ਪੀਲੇ ਸਭ ਆ ਸਕਦੇ ਨੇ। ਜਿਹਨੇ ਸਿੱਖਣਾ ਹੈਗਾ ਸਤਿਗੁਰੂ ਨਾਨਕ ਦੇਵ ਜੀ ਦੇ ਘਰ ਤੋਂ ਉਹ ਇਸ ਪੰਥ 'ਚ ਆ ਕੇ ਸਿੱਖ ਸਕਦਾ ਹੈਗਾ। ਅਤੇ ਇੱਦਾਂ ਹੀ ਜਿੱਦਾਂ ਹੈਗਾ ਆਪਣੇ ਜੀਜੇ ਦੇ ਜਿਹੜੇ ਹੈਗੇ ਨੇ ਵਰਕਰਸ, ਲੇਬਰਸ, ਕੋਈ ਵੀ ਬਣ ਸਕਦਾ ਹੈਗਾ। ਮੈਂ ਵੀ ਕ੍ਰਿਸਚੈਨਿਟੀ ਦਾ ਪ੍ਰਚਾਰ ਕਰਦਾ ਹੈਗਾ ਅਤੇ ਮੈਂ ਕ੍ਰਿਸਚੀਅਨ ਨਹੀਂ ਹੈਗਾ, ਕਿਉਂ ਕ੍ਰਿਸਚੀਅਨ ਜਿਹੜੇ ਹੁੰਦੇ ਕਿਤਾਬੀ ਕੀੜੇ ਹੁੰਦੇ ਨੇ, ਜਿੱਦਾਂ ਕਿ ਆਹ ਸਿੱਖ ਹੈਗੇ ਨੇ ਇਹ ਵੀ ਕਿਤਾਬੀ ਕੀੜੇ ਹੈਗੇ ਨੇ, ਇਹਨਾਂ ਸਿੱਖਿਆ ਕੁਛ ਨਹੀਂ ਹੈਗਾ। ਅਤੇ ਇਹਦੇ 'ਚ ਹੁੰਦਾ ਵੀ ਜਦੋਂ ਦਾ ਤੁਹਾਡੇ ਦਿਲ 'ਚ ਕ੍ਰਾਈਸਟ ਨਹੀਂ ਆਉਂਦਾ ਨਾ ਉਹਨਾਂ 'ਚ ਤੁਸੀਂ ਪ੍ਰਚਾਰ ਨਹੀਂ ਕਰ ਸਕਦੇ। ਅਤੇ ਕ੍ਰਾਈਸਟ ਇਸ ਕਰਕੇ ਇਹਨੂੰ ਕਹੀਦਾ ਵੀ ਦਿੱਲੀ 'ਚ ਆਉਂਦਾ ਹੈਗਾ, ਕਿਉਂ ਉਹ ਜਿਹੜਾ ਸੀਗਾ ਪਹਿਲਾਂ ਇੱਟਾਂ ਦੇ ਮੰਦਰ ਜਿਹੜੇ ਇਨਸਾਨਾਂ ਦੇ ਬਣਾਏ ਸੀ, ਉਹ ਜਿਹੜੇ ਹੁੰਦੇ ਸੀ ਉਹਨਾਂ 'ਚ ਜਿਹੜਾ ਬੈਠਾ ਹੁੰਦਾ ਸੀ ਨਾ ਰੱਬ ਆਈ ਜਾਂ ਬ੍ਰਾਹਮਣ, ਇਹ ਹੋ ਜਾਂਦੇ ਨੇ ਨਿਕੰਮੇ, ਇਹ ਲਾਲਚੀ ਹੋ ਕੇ ਅਤੇ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਅਤੇ ਮਿੱਠੀਆਂ ਮਿੱਠੀਆਂ ਸੁਣਾ ਕੇ ਕੂੜ ਬੋਲਦੇ ਨੇ, ਕੂੜ ਬੋਲ ਕੇ ਲੋਕਾਂ ਤੋਂ ਪੈਸੇ ਝਾੜ ਕੇ ਚੱਲ ਜੀ ਲਾਂਭੇ ਹੋਏ। ਅਤੇ ਅੱਜ ਕੱਲ੍ਹ ਜਿਹੜੇ ਗੁਰਦੁਆਰਿਆਂ 'ਚ ਹੈਗੇ ਨੇ ਗ੍ਰੰਥੀ ਵਗੈਰਾ ਤਾਂ ਹੋਰ ਹੈਗੇ, ਇਹ ਤਾਂ ਬਹੁਤ ਹੀ ਕੂੜ ਬੋਲਦੇ ਨੇ, ਇਹ ਤਾਂ ਉਹਨਾਂ ਨਾਲ ਵੀ ਟੱਪੇ ਹੋਏ ਨੇ। ਇਸ ਕਰਕੇ ਕੂੜ ਡੋਬੇ ਕੂੜ। ਅਤੇ ਕਲਯੁਗ ਵਿੱਚ ਹਰ ਇੱਕ ਨੇ ਹਿਸਾਬ ਕਿਤਾਬ ਆਪਣਾ ਖੁਦ ਦੇਣਾ, ਕਿਸੇ ਨੇ ਨਹੀਂ ਦੇਣਾ ਹੈਗਾ, ਕਿਉਂ ਸਤਿਗੁਰੂ ਨਾਨਕ ਦੇਵ ਜੀ ਨਾਮ ਦਾ ਛੱਟਾ ਦੇ ਗਏ ਨੇ। ਅਤੇ ਨਾਮ ਜਿਹਦੇ ਦਿਲ 'ਚ ਵਸੇਗਾ ਉਹੀ ਸੁਖੀ ਰਹੇਗਾ। ਅਤੇ ਦਿਲ ਉਸੇ 'ਚ ਵਸੇਗਾ ਜਿਸ ਦਾ ਮਨ ਜਾਗਿਆ ਹੋਏਗਾ। ਇਸ ਕਰਕੇ ਜਿਹੜਾ ਹੈਗਾ ਆਪਣੇ ਇੱਟਾਂ ਦਾ ਹਰਿਮੰਦਰ ਹੁੰਦੇ ਸੀ ਨਾ ਮੰਦਰ, ਅਤੇ ਉੱਥੋਂ ਹੁਣ ਛੁਟਕਾਰਾ ਪਵਾਇਆ ਆਪਾਂ ਨੂੰ, ਬ੍ਰਹਮਣਾ ਤੋਂ ਆਪਣੇ ਛੁਡਾਇਆ, ਤੂੰ ਆਪਣੇ ਤੁਹਾਨੂੰ ਸਤਿਗੁਰੂ ਦੇ ਵਸ ਕੀਤਾ ਹੈਗਾ। ਇਹ ਜਿਹੜਾ ਸਰੀਰ ਹੈਗਾ ਇਹ ਹਰਿਮੰਦਰ ਹੈਗਾ, ਇਹ ਤਾਂ ਸਾਰਿਆਂ ਨੂੰ ਪਤਾ ਹੈਗਾ। ਇਸ ਹਰਿਮੰਦਰ ਇਹ ਜਿਹੜਾ ਹੈਗਾ ਪੁਜਾਰੀ ਉਹਨੂੰ ਸਤਿਗੁਰੂ ਕਹੀਦਾ। ਉਹ ਜਿਹੜਾ ਹੁੰਦਾ ਹੈਗਾ ਪੁਜਾਰੀ ਬੈਠਾ ਹੁੰਦਾ ਨਾ ਜਿਹੜਾ ਇੱਟਾਂ ਦੇ ਮੰਦਰਾਂ 'ਚ, ਹਿੰਦੂ ਉਹਨੂੰ ਕਹਿੰਦਾ ਸੀ ਗੁਰੂ। ਗੁਰੂ ਹੁੰਦਾ ਜਿਹੜਾ ਸਰੀਰ ਦੀ ਸਿਕਸ਼ਾ ਦੇਵੇ, ਅਤੇ ਸਰੀਰ ਦੇ 3 ਗੁਰੂ ਹੁੰਦੇ ਮਾਤਾ ਪਿਤਾ ਅਤੇ ਪੰਡਿਤ, ਅਤੇ ਮਨ ਨੂੰ ਜਿਹੜਾ ਸਿਕਸ਼ਾ ਦੇਵੇ ਉਹਨੂੰ ਕਹੀਦਾ ਸਤਿਗੁਰੂ।
ਤੇ ਸਿੱਖ ਦਾ ਹੈਗਾ ਜਿਹੜਾ ਨਾ ਹਰਿਮੰਦਰ, ਹਰਿਮੰਦਰ ਚ ਮਨ ਜਿਹੜਾ ਹੈਗਾ ਇਹਨੂੰ ਸਿਕਸ਼ਾ ਦੇਣ ਲਈ ਅੰਦਰ ਸਤਿਗੁਰੂ ਬੈਠਾ ਹੈਗਾ ਤੁਹਾਡੇ, ਤੇ ਜਿਹੜੀ ਸਿਕਸ਼ਾ ਦੇਣੀ ਉਹ ਤੁਸੀਂ ਦਿਲ ਆਪ ਦੇਣੀ ਹੈਗੀ, ਕਿਸੇ ਨੇ ਨਹੀਂ ਦੇਣੀ। ਸੁਣੋ ਲੋਕਾਂ ਤੋਂ, ਫਿਰ ਉਹਨਾਂ ਦੀ ਸਮਝੋ, ਸਮਝ ਕੇ ਫਿਰ ਚੱਲੋ ਉਸਦੇ ਮੁਤਾਬਿਕ। ਤੇ ਇਸ ਕਰਕੇ ਜਿਹੜਾ ਅੰਤਰ ਹੈਗਾ ਉਹ ਸਤਿਗੁਰੂ ਹੈ। ਜਿਹੜਾ ਸਤਿਗੁਰੂ ਬੈਠਾ ਹੁੰਦਾ ਜਾਂ ਮਨ ਜਾਗਿਆ ਹੈ ਨਾ, ਉਹ ਬਾਣੀ ਖੁੱਲ੍ਹੇ ਦਿਲ ਨਾਲ ਸਮਝ ਸਕਦਾ ਹੈ। ਹੁਣ ਮੈਂ ਮੇਰੇ ਫਾਦਰ ਹੋਰਾਂ ਨੂੰ ਇਹ ਗਿਆਨ ਸੀਗਾ ਅਤੇ ਉਹਨਾਂ ਨੇ ਪਾਸ ਆਨ ਕੀਤਾ ਹੈਗਾ ਕਾਫੀ ਇਨਫੋਰਮੇਸ਼ਨ। ਬਾਕੀ ਜਿਹੜਾ ਗਿਆਨ ਮਿਲਦਾ ਅਕਾਲ ਪੁਰਖ ਤੋਂ, ਕਿ ਇਹ ਉਹਦਾ ਨਾਮ ਹੈਗਾ, ਉਹੀ ਦੇਣ ਵਾਲਾ, ਉਹੀ ਕਰਦਾ ਹੈਗਾ। ਕੋਸ਼ਿਸ਼ ਕਰਨੀ ਚਾਹੀਦੀ ਹੈਗੀ, ਜੇ ਤੁਸੀਂ ਕੋਸ਼ਿਸ਼ ਨਹੀਂ ਕਰਨੀ ਤਾਂ ਤੁਹਾਨੂੰ ਉਹਦੇ ਮੂਹਰੇ ਜਿੱਦਾਂ ਥਾਲੀ ਪਰੋਸ ਕੇ ਨਹੀਂ ਰੱਖਦੇ ਰਹੀ ਅਕਾਲ ਪੁਰਖ ਨੇ। ਅਤੇ ਜੇ ਤੁਸੀਂ ਉੱਦਾਂ ਹੀ ਆ ਸ਼ਕਲ ਦੀ ਸਿੱਖ ਬਣ ਗਿਆ, ਸਿੱਖਿਆ ਕੁਛ ਨਾ ਹੋਇਆ, ਫਿਰ ਉਹ ਹੈਗਾ ਬਾਣੀ 'ਚ ਲਿਖਿਆ ਜਿਹੜਾ ਸੀ ਨਾ ਸਤਿਗੁਰੂ ਜੀ, ਉਹ ਤਾਂ ਇੰਨਾ ਸਖ਼ਤ ਨਹੀਂ ਸੀਗਾ, ਅਤੇ ਇਹ ਸਭ ਤੋਂ ਵੱਡਾ ਸੀ ਨਾ ਸਤਿਗੁਰੂ ਨਾਨਕ, ਇਹ ਸਖ਼ਤ ਹੈਗੇ ਨੇ। ਇਹਨਾਂ ਲਿਖਿਆ ਨਾਨਕ ਤੇ ਨਰ ਅਸਲ ਖਰ, ਜੇ ਬਿਨ ਗੁਣ ਗ੍ਰਭ ਗ੍ਰੰਥ। ਜੇ ਤੂੰ ਪੁੰਡਿਆ ਫਿਰੇ ਅਤੇ ਤੁਹਾਡੇ 'ਚ ਹੋਰ ਨਾ ਕਰੈਕਟਰਿਸਟਿਕਸ ਜਾਂ ਉਹਦੇ 'ਚ ਸਿੱਖ ਸਿੱਖੀ ਕੋਈ ਸਿੱਖਿਆ ਨਾ ਹੋਵੇ ਅਤੇ ਕਹੋ ਮੈਂ ਸਿੱਖ ਹੈਗਾ, ਉਹ ਤਾਂ ਫਿਰ ਹੋ ਗਿਆ ਨਾ ਗੁਣ ਤਾਂ ਹੈ ਨਹੀਂ ਕਿ ਨਾਨਕ ਦੇ ਨਾਲ ਅਸਲ ਖਾਲ। ਜੇ ਬਿਨ ਗੁਣ ਗ੍ਰਭ ਗ੍ਰੰਥ, ਬਗੈਰ ਗੁਣਾਂ ਦੇ ਤੁਸੀਂ ਆਪਣੇ ਫਖਰ ਕਰੀ ਜਾਓ ਵੀ ਸਿੱਖ ਹੈਗਾ, ਉਹ ਤਾਂ ਹੁੰਦਾ ਸੁਰਗਾ ਦਾ। ਅਤੇ ਇਸ ਕਰਕੇ ਇਹ ਗਧਿਆਂ ਨੇ ਉੱਥੇ ਮਾਰ ਖਾਧੀ ਸੀ ਦਿੱਲੀ 'ਚ, ਅਤੇ ਹੁਣ ਵੀ ਆ ਜਿਹੜੇ ਹੈਗੇ ਨੇ ਦਸਤਾਰ ਦਾ ਚੱਕਰ ਚਲਾ ਰਹੇ ਨੇ, ਇਹ ਵੀ ਗਧੇ ਇਕੱਠੇ ਹੋ ਰਹੇ ਨੇ। ਅਤੇ ਇਹਨਾਂ ਦਾ ਬਹੁਤ ਜਿਹੜਾ ਨਾ ਬਾਣਾ ਜਿਹੜਾ ਹੈਗਾ, ਸਿੱਖ ਹੁੰਦਾ ਜਿਹਨੂੰ ਸਿੱਖਿਆ ਅਤੇ ਮੂੰਹ ਤੋਂ ਬੋਲਿਆ ਪਤਾ ਲੱਗਦਾ ਕੀ ਸਿੱਖਿਆ ਹੈਗਾ। ਪਹਿਲਾਂ ਤਾਂ ਸਿੱਖ ਕੌਮ ਕਹਿੰਦੇ ਨੇ, ਕੌਮ ਮੇਰੀ ਜੱਟ ਹੈਗੀ, ਜੇ ਮੈਂ ਆਪਣੀ ਜੱਟ ਕੌਮ ਨੂੰ ਛੱਡ ਕੇ ਸਿੱਖ ਕੌਮ ਅਪਣਾ ਲਵਾਂ ਤਾਂ ਆਪਣੇ ਜੱਟ ਪਿਓ ਨੂੰ ਜਵਾਬ ਦੇ ਕੇ ਮੈਂ ਖੁਦ ਹਰਾਮ ਦਾ ਬਣਦਾ, ਅਤੇ ਜੱਟ ਪਿਓ ਨੇ ਮੈਨੂੰ ਘਰੋਂ ਕੱਢ ਦੇਣਾ ਹੈਗਾ। ਘਰ ਤਾਂ ਜੱਟ ਦਾ ਨਾ, ਸਿੱਖ ਦਾ ਤਾਂ ਨਹੀਂ ਨਾ, ਸਿੱਖ ਦੇ ਤਾਂ ਗੁਰਦੁਆਰੇ ਹੈਗੇ ਨੇ। ਇਸ ਕਰਕੇ ਫੌਜਾਂ 'ਚ ਜਦੋਂ ਮਰੇ ਸੀ ਨਾ, ਜਦੋਂ ਵਰਲਡ ਵਾਰ 'ਚ ਉਹ ਜੱਟ ਮਰੇ ਸੀ, ਸਿੱਖ ਨਹੀਂ ਸੀ ਮਰੇ। ਜੇ ਸਿੱਖ ਮਰੇ ਹੁੰਦੇ ਤਾਂ ਮਕਾਨਾਂ ਉਹਨਾਂ ਦੀਆਂ ਗੁਰਦੁਆਰਿਆਂ 'ਚ ਜਾਣੀਆਂ ਸੀ, ਘਰਾਂ 'ਚ ਗਈਆਂ ਕਿ ਨਹੀਂ ਜੱਟਾਂ ਦੇ, ਅਤੇ ਇਸ ਕਰਕੇ ਜੱਟ ਮਰੇ ਸੀਗੇ। ਅਤੇ ਇਹ ਜਿਹੜਾ ਹੈਗਾ ਹਰ ਇੱਕ ਦੇ ਨਹੀਂ ਬਸ ਦੀ ਗੱਲ, ਇਹ ਜਿਹਦੇ 'ਚ ਜਿਹੜਾ ਮਨ ਜਾਗਿਆ ਹੋਵੇ ਉਹੀ ਇਹ ਚੀਜ਼ ਸਮਝ ਸਕਦਾ। ਅਤੇ ਮਨ ਜਦੋਂ ਜਾਗਿਆ ਹੋਵੇ ਉਦੋਂ ਦੋ ਚੀਜ਼ਾਂ ਹੁੰਦੀਆਂ ਨੇ ਉਦੋਂ ਆਦਮੀ ਕਰਦਾ, ਇੱਕ ਉਹ ਫਿਰ ਬਣਦਾ ਸੀ ਚਤਰ ਚਲਾਕ। ਚਤਰ ਚਲਾਕ ਬਣ ਕੇ ਕਹਿੰਦਾ ਮੈਂ ਹੁਣ ਗੁਰਦੁਆਰੇ 'ਚ ਲੀਡਰ ਬਣ ਜਾਂਦਾ, ਲੀਡਰ ਬਣ ਲਏ ਫਿਰ ਕੂੜ ਬੋਲਦਾ, ਕੂੜ ਬੋਲ ਕੇ ਲੋਕਾਂ ਨੂੰ ਖੁਸ਼ ਕਰਦਾ ਹੈਗਾ, ਖੁਸ਼ ਕਰਕੇ ਤੋਂ ਫਿਰ ਉਹਨੂੰ ਲੀਡਰ ਬਣਾ ਲੈਂਦੇ ਨੇ। ਯਾਨੀ ਕਿ ਸਿੱਖ ਕੌਮ ਦਾ ਖਾਲਿਸਤਾਨ ਬਣਾਉਣਾ ਜੀ ਆਹ ਕਰਨਾ ਹੈਗਾ। ਖਾਲਿਸਤਾਨ 'ਤੇ ਚਾਰ ਸੀਗੇ, ਉੱਥੇ ਤਾਂ ਕੋਈ ਜਾ ਕੇ ਬਹਿੰਦਾ ਨਹੀਂ ਹੈਗਾ, ਘਰ ਨੂੰ ਦੌੜੇ ਹੁੰਦੇ ਅੰਮ੍ਰਿਤ ਛੱਕ ਕੇ। ਅਤੇ ਉਹ ਸਾਰੇ ਲੋਕ ਇਹ ਜਿਹੜੇ ਨੇ ਗੁੰਮਰਾਹ ਕਰ ਰਹੇ ਨੇ, ਜਿਹੜੇ ਸਾਰਿਆਂ ਨਾਲ ਵੱਡਾ ਸ਼ੈਤਾਨ ਖੱਤਰੀ ਹੈਗਾ ਪੰਜਾਬ ਦਾ, ਅਤੇ ਉਹ ਖੱਤਰੀ ਉੱਥੇ ਉਹਨਾਂ ਨੂੰ ਉਲਟੀ ਸਿਕਸ਼ਾ ਦੇ ਰਹੇ ਨੇ। ਉਹ ਆਪਣਾ ਪੈਸਾ ਲੁੱਟ ਲੁੱਟ ਕੇ ਲਾਂਭੇ ਹੁੰਦੇ ਨੇ, ਅਤੇ ਤੁਸੀਂ ਬੈਠੇ ਉੱਥੇ ਫਿਰ ਜੁੱਤੀਆਂ ਖਾਓ, ਖਾਣ ਪੀਣ ਨੂੰ ਬਾਂਦਰੀ, ਸੋਟੇ ਖਾਣ ਨੂੰ ਰਿੱਛ, ਉਹ ਤਾਂ ਮਸ਼ਹੂਰ ਹੈਗਾ, ਜੱਟ ਤਾਂ ਰਿੱਛ ਹੈਗੇ ਨੇ, ਇਹ ਫਿਰ ਸੋਟੇ ਇਹਨਾਂ ਨੂੰ ਪੈਂਦੇ ਨੇ। ਅਤੇ ਇਸ ਕਰਕੇ ਜੱਟਾਂ ਨੇ ਕੁਰਬਾਨੀ ਦਿੱਤੀ ਸੀ ਵਰਲਡ ਵਾਰ ਵਨ ਵਰਲਡ ਵਾਰ ਟੂ 'ਚ, ਜਿੱਥੇ ਵੀ ਲੜੇ ਸੀ। ਸਿੱਖ ਕੋਈ ਰੈਜੀਮੈਂਟ ਨਹੀਂ ਹੁੰਦੀ, ਸਿੱਖਾਂ ਦੇ ਹੁੰਦਾ ਸੇਵਾ ਦਲ, ਉਹਨਾਂ ਦੀ ਰੈਜੀਮੈਂਟ ਹੁੰਦੀ ਜਿਹੜੇ ਗੋਲੀਆਂ ਮਾਰਦੇ ਨੇ। ਉਹ ਰੈਜੀਮੈਂਟ ਜਿਹੜੀ ਬਣਾਈ ਸੀਗੀ ਉਹ ਸੁੰਦਰ ਸਿੰਘ ਮਜੀਠੀਆ ਸੀ ਕਹਿੰਦੇ, ਮਜੀਠੀਆ ਤਾਂ ਪਿੰਡ ਦਾ ਨਾਮ, ਗਿੱਲ ਹੈਗਾ ਉਹ ਮੇਰੇ ਉਹਦਾ ਗੋਤ ਅਸਲੀ। ਯਾਨੀ ਕਿ ਉਹਨੂੰ ਆਪਣੇ ਪਿਓ ਦਾ ਨਹੀਂ ਸੀ ਪਤਾ ਵੀ ਮੇਰਾ ਗਿੱਲ ਪਿਓ ਹੈਗਾ, ਅਤੇ ਮਜੀਠੀਆ ਪਿੰਡ ਦਾ ਨਾਮ ਲਿਖ ਲਿਆ। ਪਿੰਡ ਦਾ ਨਾਮ ਉਹ ਲਿਖਦਾ ਜਿਹੜੀ ਕੰਜਰੀ ਕੋਈ ਪਿੰਡ ਦੀ ਸਾਰੇ ਪਿੰਡ 'ਚ ਘੁੰਮੀ ਹੋਵੇ, ਉਹਦੇ ਮੁੰਡਾ ਹੋ ਜਾਣਾ, ਉਹਨੂੰ ਫਿਰ ਪਤਾ ਨਹੀਂ ਹੁੰਦਾ ਕਿਹਦਾ
ਮੈਂ ਨਾਂ ਲਵਾਂ, ਤਾਂ ਉਹ ਫਿਰ ਪਿੰਡ ਦਾ ਨਾਂ ਲਿਖਦੀ ਮਗਰ ਮੁੰਡੇ ਦਾ। ਅਤੇ ਜਿਹੜੇ ਕਹਿੰਦੇ ਵੱਡੇ ਵੱਡੇ ਲੀਡਰ ਬਣੇ ਹੋਏ ਨੇ, ਪਿੰਡ ਦਾ ਨਾਂ ਲਾ ਕੇ ਬੜੇ ਖੁਸ਼ ਹੁੰਦੇ ਨੇ ਵੀ ਮੈਂ ਫਲਾਣੇ ਪਿੰਡ ਦਾ ਮੈਂ ਮੰਨ ਲਿਆ ਹੈਗਾ, ਹੋਰ ਨਹੀਂ ਕੋਈ ਉਹਨੂੰ ਮੰਨ ਸਕਦਾ ਵੀ ਮੈਂ ਉਸ ਪੇਟ ਉਸ ਕੰਜਰੀ ਦੇ ਪੇਟ 'ਚ ਪੈਦਾ ਹੋਇਆ ਜਿਹੜੀ ਉਹ ਸਾਰੇ ਪਿੰਡ 'ਚ ਘੁੰਮੀ ਸੀਗੀ ਮਸ਼ਹੂਰ, ਅਤੇ ਮੈਂ ਵੀ ਮਸ਼ਹੂਰ ਹੀ ਹੈਗਾ। ਫਿਰ ਇੱਦਾਂ ਦੀ ਤਾਂ ਅਕਲ ਹੈਗੀ ਇਹਨਾਂ ਦੀ। ਅਤੇ ਇਹ ਜਿਹੜਾ ਸਿੱਖ ਹੁੰਦਾ ਕੁੱਟਣ ਮੈਂ ਏਕ ਹੈਗਾ, ਅਤੇ ਜਦੋਂ ਕੋਈ ਤੁਸੀਂ ਗੱਲ ਕਰੋਗੇ ਸਿੱਖਾਂ ਲਈ ਤੁਹਾਨੂੰ ਮਖੌਲ ਕਰਨਗੇ, ਲੋਕ ਕਹਿਣਗੇ ਇਹ ਕਿੱਧਰੋਂ ਬੇਵਕੂਫ ਆ ਗਿਆ। ਇਸ ਕਰਕੇ ਇਹਦੇ 'ਚ ਜੀਸੇ ਦੀ ਵੀ ਬਾਣੀ 'ਚ ਦੱਸਿਆ ਵੀ ਜਿਹੜਾ ਹੈਗਾ ਨਾ ਰਸਤਾ ਸਾਲਵੇਸ਼ਨ ਨੂੰ, ਉਹਦਾ ਜਿਹੜਾ ਹੈਗਾ ਗੇਟ ਹੈਗਾ ਜਾਂ ਉਹਦਾ ਦਰਵਾਜ਼ਾ ਉਹ ਭੀੜਾ ਹੈਗਾ, ਯਾਨੀ ਇੱਕ ਇੱਕ ਹੀ ਉਹਦੇ 'ਚੋਂ ਲੰਘ ਸਕਦਾ ਅਕੇਲਾ ਹੀ, ਸੋਲੀਟਰੀ ਨਿਆਰਾ। ਅਤੇ ਉਸ ਨੇ ਗੇਟ ਨੂੰ ਉਸ ਦਰਵਾਜ਼ੇ ਨੂੰ ਉਹ ਹਰ ਇੱਕ ਦੇ ਨਹੀਂ ਉਹਨੂੰ ਦਿਸਦਾ, ਉਹਨੂੰ ਉਹਨੂੰ ਹੀ ਦਿਸਦਾ ਜਿਹਨੂੰ ਅਕਾਲ ਪੁਰਖ ਦਿਸਾਏ, ਯਾਨੀ ਕਿ ਜਿਹਨੂੰ ਸੁਰਤੀ ਹੋਵੇ, ਉਹੀ ਉਹ ਸੁਰਤੀ ਨਾਲ ਉਸ ਦਰਵਾਜ਼ੇ ਨੂੰ ਢੂੰਡਦਾ ਹੈਗਾ, ਢੂੰਡ ਕੇ ਉਹਦੇ 'ਚ ਵੜ ਜਾਂਦਾ। ਫਿਰ ਅੱਗੇ ਫਿਰ ਰਾਮ ਰਾਜੇ ਹੈਗਾ, ਅਤੇ ਉਹਨੂੰ ਕਹੀਦਾ ਇਹਨੂੰ ਬਾਈਬਲ ਵਿੱਚ ਕਿਹਾ ਵਿੰਜਾਰਡ ਆਫ ਗੋਡ, ਅਤੇ ਉਹਦੇ 'ਚ ਜਿਹੜੀ ਹੈਗੀ ਟਰੂ ਵਾਈਨ ਜਿਹੜੀ ਹੈਗੀ ਜਿਹੜੀ ਬੇਲ ਹੈਗੀ ਉਹ ਜੀਜ਼ ਦੀ ਹੈਗੀ। ਜੀਜ਼ ਕਹਿੰਦਾ ਜਿਹੜਾ ਮੇਰੇ ਬੇਲ ਦੇ ਨਾਲ ਜੁੜ ਜਾਏਗਾ ਉਹ ਫਿਰ ਫਰੂਟ ਦੇਵੇਗਾ ਜਿੱਦਾਂ ਦਾ ਮੈਂ ਦਿੱਤਾ ਹੈਗਾ, ਅਤੇ ਉਹਦੇ ਜੁੜਨ ਲਈ ਤੁਹਾਨੂੰ ਉਹਦੇ ਨਾਲ ਕੰਪੈਟੀਬਲ ਹੋਣਾ ਪੈਣਾ, ਨਹੀਂ ਤਾਂ ਗ੍ਰਾਫਟਿੰਗ ਨਹੀਂ ਹੋਣੀ। ਤੁਸੀਂ ਜਾਣਦੇ ਹੋ ਵੀ ਇੱਕ ਦਰਖਤ ਇੱਕ ਦੀ ਦੂਜੇ ਨਾਲ ਗ੍ਰਾਫਟ ਨਹੀਂ ਹੁੰਦੀ ਜਿੰਨਾ ਚਿਰ ਉਹ ਕੰਪੈਟੀਬਲ ਨਾ ਹੋਵੇ। ਅਤੇ ਇਸ ਕਰਕੇ ਤੁਸੀਂ ਸੁਰਤੀ ਨਾਲ ਚੱਲੋ, ਅਤੇ ਸੁਰਤੀ ਤਦੇ ਆਊਗੀ ਜੇ ਤੁਸੀਂ ਦੇਖੋਗੇ ਚੀਜ਼ਾਂ ਨੂੰ, ਅਤੇ ਫਿਰ ਉਹਨਾਂ ਨੂੰ ਸਵਾਲ ਕਰੋਗੇ। ਹੁਣ ਇੱਥੇ ਸਿੱਖ ਚਾਰੋਂ 'ਤੇ ਸੀਗੇ, ਕਈ ਸਾਰੇ ਕਈਆਂ ਨੇ ਤਾਂ ਦਾੜੀ ਖੁੱਲ੍ਹੀ ਰੱਖੀ ਜਿੱਦਾਂ ਮੈਂ ਰੱਖੀ ਹੈਗੀ, ਇੱਦਾਂ ਹੀ ਰੱਖਣੀ ਚਾਹੀਦੀ। ਜੇ ਦਾੜੀ ਰੱਖੀ ਤਾਂ ਫਿਰ ਉਹ ਲੁਕੋ ਨਹੀਂ ਕਾਹਤੋਂ, ਦੋਵਾਂ ਨੇ ਟੁੰਗੀ ਹੋਈ ਸੀਗੀ, ਟੁੰਗੀ ਕਾਹਤੋਂ ਹੋਈ ਉਹਨਾਂ ਨੂੰ ਪੁੱਛੇਗਾ, ਜਾਂ ਤਾਂ ਫਿਰ ਕਟਾ ਦਿਓ ਉਨੀ ਕੁ, ਉਨੀ ਕੁ ਰੱਖੋ ਜਿੰਨੀ ਕੁ ਚਾਹੀਦੀ, ਫਿਰ ਬਾਕੀ ਦੀ ਕਟਾ ਦਿਓ, ਕਟਾਓ ਵੀ ਨਹੀਂ ਉਹਨੀ ਟੁੰਗ ਕੇ ਰੱਖਣੀ ਹੈਗੀ। ਅਤੇ ਉਹ ਇੰਨੀ ਕੁ ਹੈਗੀ ਅਕਲ ਹੈਗੀ, ਅਤੇ ਉਹਨਾਂ ਨੇ ਬਾਕੀ ਸਿੱਖ ਸੁੱਖ ਕੀ ਬਣਨਾ ਹੈਗਾ। ਇਸ ਕਰਕੇ ਇਹ ਜਿਹੜਾ ਹੈਗਾ ਆਪਣੇ ਸਰੀਰ ਹੈਗਾ ਇਹ ਹਰਿਮੰਦਰ ਹੈਗਾ, ਹਰਿਮੰਦਰ ਉਹ ਜਿੱਥੋਂ ਹਰ ਜਾਤਾ, ਹਰ ਜਾਤਾ ਯਾਨੀ ਕਿ ਤੁਸੀਂ ਪ੍ਰਚਾਰ ਕਰਨਾ ਹਰ ਦਾ, ਹਰ ਦਾ ਤਦੇ ਪ੍ਰਚਾਰ ਹੋਊਗਾ ਜੇ ਤੁਹਾਡੇ ਅੰਦਰ ਸਤਿਗੁਰੂ ਦਾ ਵਾਸਾ ਹੋਏਗਾ। ਅਤੇ ਇਸੇ ਕਰਕੇ ਬਾਣੀ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਉਹ ਥਾਂ ਸੁਹਾਵਾ ਰਾਮ ਰਾਜੇ, ਯਾਨੀ ਕਿ ਜਿੱਥੇ ਆਦਮੀ ਸੁਰਤੀ ਆ ਜਾ ਕੇ ਬਹਿੰਦਾ ਹੈਗਾ ਉੱਥੇ ਜਦੋਂ ਉਹਨਾਂ ਨੂੰ ਪ੍ਰਚਾਰ ਕਰਦਾ ਨਾਲਦਿਆਂ ਨੂੰ ਉਹ ਸਾਰੇ ਉਹਦੀ ਇੱਜ਼ਤ ਕਰਦੇ ਨੇ, ਉੱਥੇ ਆਰਾਮ ਨਾਲ ਰਹਿੰਦਾ ਹੈਗਾ। ਜਿੱਦਾਂ ਮੈਂ ਇੱਥੇ ਹੈਗਾ ਕ੍ਰਿਸਚੈਨਿਟੀ ਦਾ ਪ੍ਰਚਾਰ ਕਰਦਾ ਹੈਗਾ ਅਤੇ ਮੈਨੂੰ ਸਾਰੇ ਲੋਕ ਜਾਣਦੇ ਇੱਥੇ, ਅਤੇ ਕੋਈ ਨਹੀਂ ਕਹਿੰਦਾ ਵੀ ਜਾਂ ਫਨੈਟਿਕ ਹੈਗਾ ਜਾਂ ਹੋਰ ਹੈਗਾ, ਹੈਰਾਨ ਹੁੰਦੇ ਕਿ ਵੀ ਇਹ ਪਗੜੀ ਬੰਨ੍ਹੀ ਹੋਈ ਅਤੇ ਪ੍ਰਚਾਰ ਕਰਦਾ ਕ੍ਰਿਸਚੈਨਿਟੀ ਦਾ, ਉਹ ਚੀਜ਼ਾਂ ਦੱਸਦਾ ਜਿਹੜੀਆਂ ਸਾਨੂੰ ਪਤਾ ਨਹੀਂ ਹੈਗਾ। ਕਈ ਤਾਂ ਮੰਨ ਜਾਂਦੇ ਯੂ ਨੋ ਮੋਰ ਦੈਨ ਵੀ ਡੂ, ਠੀਕ ਹੈ ਨਾ। ਇਹਨੂੰ ਕਹਿੰਦਾ ਰਾਮ ਰਾਜੇ, ਰਾਮ ਰਾਜੇ ਜਿਹੜਾ ਜਿੱਥੇ ਤੁਸੀਂ ਆਪਣੇ ਪ੍ਰਚਾਰ ਕਰੋ ਸਿੱਖੀ ਦਾ ਉੱਥੇ ਤੁਸੀਂ ਆਰਾਮ ਨਾਲ ਰਹਿ ਸਕਦੇ ਆ। ਇਹ ਨਹੀਂ ਕਿ ਜਿੱਦਾਂ ਜੇ ਫਨੈਟਿਕ ਤੁਰੇ ਫਿਰਦੇ ਨੇ ਪਗੜੀ ਬੰਨ ਲਈ ਦਾੜੀ ਰੱਖ ਲਈ ਅਤੇ ਸਿੱਖ ਕੌਮ ਕਹਿਣ ਲੱਗ ਪਏ ਨੇ, ਆਪਣੇ ਪਿਓ ਨੂੰ ਜਵਾਬ ਦਿੱਤਾ ਆ ਖੁਦ ਹਰਾਮੀ ਹੈਗੇ ਨੇ, ਅਤੇ ਅਕਾਲ ਪੁਰਖ ਨੂੰ ਕਿੱਦਾਂ ਪਛਾਣ ਲੈਣਗੇ ਜਦੋਂ ਆਪਣੇ ਪਿਓ ਦਾ ਨਹੀਂ ਪਤਾ ਉਹਨਾਂ ਨੂੰ। ਅਤੇ ਬਾਕੀ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਰਹੇ ਛੱਡ ਦਿੰਦੇ ਨੇ। ਜਦੋਂ ਖਾਲਸਾ ਸਜਾਇਆ ਸੀ ਸੱਚੇ ਪਾਤਸ਼ਾਹ ਗੋਬਿੰਦ ਸਿੰਘ ਜੀ ਨੇ, ਉਦੋਂ ਪੰਜਾਂ ਦੇ ਸਿਰ ਸਟੇਜ 'ਤੇ ਲਾਏ ਸੀਗੇ, ਜਦੋਂ ਲਾਏ ਸੀ ਸਟੇਜ 'ਤੇ ਤਾਂ ਉਦੋਂ ਫਿਰ ਉਹ ਘਰ ਬਾਰ ਦਾ ਸਾਰਾ ਤੁਲ ਟੁੱਟ ਜਾਂਦਾ, ਨਾ ਬੀਵੀ ਰਹਿੰਦਾ ਨਾ ਬੱਚੇ ਨਾ ਮਕਾਨ ਨਾ ਕੁਛ ਨਹੀਂ, ਯਾਨੀ ਕਿ ਉਦੋਂ ਫਿਰ ਅਕਾਲ ਪੁਰਖ ਦੀ ਫੌਜ 'ਤੇ
ਵਿੱਚ ਦਾਖਲ ਹੋ ਜਾਂਦਾ ਹੈਗਾ। ਅਕਾਲ ਪੁਰਖ ਦੇ ਵਿੱਚ ਪੈਸੇ ਨਹੀਂ ਹੁੰਦੇ, ਉੱਥੇ ਪਰਉਪਕਾਰੀ ਕਰੀ ਦਾ ਕੰਮ ਅਕਾਲ ਪੁਰਖ ਦਾ। ਅਤੇ ਇਹ ਜਿਹੜੇ ਹੈਗੇ ਨੇ ਅੰਮ੍ਰਿਤ ਛਕਦੇ ਨੇ ਉਹ ਵੀ ਕਿਤੋਂ ਗੁਰਦੁਆਰਿਆਂ 'ਚੋਂ, ਜਿਨ੍ਹਾਂ ਨੂੰ ਇਹ ਵੀ ਨਹੀਂ ਪਤਾ ਵੀ ਗੁਰਦੁਆਰੇ ਦੂਜੇ ਸਿੱਖ ਕੌ ਸਿੱਖ ਪੰਥ ਦੇ ਹੈਗੇ ਨੇ ਘਰ, ਖਾਲਸਾ ਤੀਜਾ ਪੰਥ ਹੈਗਾ, ਸਾਰੇ ਚਾਰ ਪੰਥ ਹੁੰਦੇ ਨੇ। ਅਤੇ ਇਹਨਾਂ ਨੂੰ ਇਹ ਪੁੱਛੋ ਵੀ ਬਾਕੀ ਦੇ ਕਿਹੜੇ ਨੇ ਪੰਥ ਦੋ ਹੋਰ, ਕਿਸੇ ਨੂੰ ਨਹੀਂ ਪਤਾ। ਜੇ ਉਹਨਾਂ ਨੂੰ ਦੱਸੋ ਤਾਂ ਅੱਗੇ ਮਖੌਲ ਕਰਦੇ ਨੇ। ਬਾਕੀ ਜਿਹੜੀ ਇਹ ਚੀਜ਼ਾਂ ਹੈਗੀਆਂ ਇਹ ਤੁਹਾਨੂੰ ਧੁਰ ਤੋਂ ਪਤਾ ਲੱਗਦਾ ਗਾ। ਧੁਰ ਕੀ ਬਾਣੀ ਆਈ ਸਗਲੀ ਚਿੰਤ ਮਟਾਈ, ਇਹ ਜਿਹੜੀਆਂ ਬੀੜਾਂ ਲਿਖੀਆਂ ਹੋਈਆਂ ਨਾ ਆਪਣੇ ਗੁਰਦੁਆਰੇ ਤੁਸੀਂ ਪੜ੍ਹਦੇ ਆ, ਇਹ ਧੁਰ ਕੀ ਬਾਣੀ ਨਹੀਂ ਹੈਗੀ, ਇਹ ਤਾਂ ਆਦਮੀ ਦੀਆਂ ਲਿਖੀਆਂ ਹੋਈਆਂ ਨੇ, ਲੈਟਰ ਹੈਗੇ ਨੇ। ਪਰ ਜਦੋਂ ਇਹਦੇ 'ਚ ਤੁਸੀਂ ਮਤਲਬ ਇਹਨਾਂ ਦਾ ਸਮਝੋਗੇ ਨਾ ਲੋਜੀਕਲ ਰੀਜ਼ਨਿੰਗ ਨਾਲ, ਜਦੋਂ ਤੁਸੀਂ ਲੋਜੀਕਲ ਰੀਜ਼ਨਿੰਗ ਨਾਲ ਸਮਝੋਗੇ, ਚਾਰ ਵਿਚਾਰ ਕਰੋਗੇ ਨਾ ਇਸ ਚੀਜ਼ 'ਤੇ, ਫਿਰ ਜਦੋਂ ਤੁਹਾਨੂੰ ਸਮਝ ਆਏਗੀ ਨਾ ਬਾਣੀ, ਉਹਨੂੰ ਕਹੀਦਾ ਧੁਰ ਕੀ ਬਾਣੀ। ਤੋ ਇਹਦੇ 'ਚ ਹੇਰਾ ਫੇਰੀਆਂ ਕੀਤੀਆਂ ਹੋਈਆਂ ਆਦਿ ਗ੍ਰੰਥ 'ਚ, ਅਤੇ ਉਹ ਜਿਹੜੀਆਂ ਹੇਰਾ ਫੇਰੀਆਂ ਤੁਸੀਂ ਫਿਰ ਕੱਢ ਸਕਦੇ ਹੋ ਵੀ ਆਹ ਗਲਤ ਹੈਗਾ, ਇੱਥੇ ਇਹ ਢੁੱਕਦੀ ਨਹੀਂ ਹੈਗੀ। ਜਦੋਂ ਤੁਹਾਡੇ 'ਚ ਮਨ 'ਚ ਇੰਨੀ ਤਾਕਤ ਹੋ ਗਈ ਕਿ ਤੁਸੀਂ ਪਛਾਣ ਸਕੋਗੇ ਕਿ ਇਹ ਗਲਤ ਹੈਗਾ ਤਾਂ ਠੀਕ ਹੈਗਾ, ਫਿਰ ਤੁਹਾਡਾ ਮਨ ਜਾਗਿਆ ਹੈਗਾ ਅਤੇ ਤੁਸੀਂ ਸਿੱਖ ਹੈਗੇ ਆ। ਜਦੋਂ ਤੁਸੀਂ ਜਿੱਦਾਂ ਆਏ ਰੋਟੀ ਪਾਣੀ ਖਾਧੀ ਅਤੇ ਘਰ ਨੂੰ ਸੌ ਗਿਆ, ਇੱਦਾਂ ਹੀ ਗੁਰਦੁਆਰੇ ਚਲੇ ਗਏ, ਉੱਥੇ ਵੀ ਰੋਟੀ ਪਾਣੀ ਇੱਕ ਦੂਜੇ ਨੂੰ ਮਿਲੇ ਅਤੇ ਰੋਟੀ ਪਾਣੀ ਖਾ ਕੇ ਅਤੇ ਘਰ ਆ ਗਿਆ, ਬਾਣੀ ਸਮਝੀ। ਜਿੱਦਾਂ ਪੱਥਰ ਦੇ ਉੱਤੇ ਪੱਥਰ ਨੂੰ ਪਾਣੀ 'ਚ ਡੋਬੀਏ ਨਾ, ਉਹਦੇ 'ਚ ਕੁਛ ਨਹੀਂ ਜਾਂਦਾ, ਅਸਰ ਹੁੰਦਾ। ਇੱਦਾਂ ਪੱਥਰ ਦੇ ਪੱਥਰ ਆਏ, ਪੱਥਰ ਦੇ ਪੱਥਰ ਚਲੇ ਗਏ। ਅਤੇ ਇਹ ਜਿਹੜਾ ਜੀਜੇ ਦੀ ਜਿਹੜਾ ਹੈਗਾ ਨਾ ਪ੍ਰਭ, ਇਹ ਸਿੱਖ ਜਿਹੜੇ ਹੈਗੇ ਨੇ ਜੇ ਕੋਈ ਹੋਵੇ ਉਹ ਸਾਰੇ ਉਹਨਾਂ ਨੂੰ ਸਮਝਾ ਸਕਦਾ ਹੈਗਾ। ਜਦੋਂ ਤੁਸੀਂ ਸਮਝਾਓਗੇ ਫਿਰ ਕਹਿਣਗੇ ਵੀ ਹਾਂ ਇਹ ਸਤਿਗੁਰੂ ਨਾਨਕ ਦੇਵੀ ਦਾ ਸਿੱਖ ਹੈਗਾ, ਫਿਰ ਉਹਦੀ ਓਨਰ ਹੁੰਦੀ ਕਿ ਸਤਿਗੁਰੂ ਨਾਨਕ ਦੇਵੀ ਦਾ ਮਾਣ। ਜੇ ਤੁਸੀਂ ਆਪਾਂ ਅੱਗ ਭੁੱਗ ਬਣ ਕੇ ਤਾਂ ਆਪਣੇ ਉਹ ਫਨੈਟਿਕ ਬਣ ਗਿਆ ਤਾਂ ਉਹ ਸਤਿਗੁਰੂ ਦਾ ਵੀ ਉਦੋਂ ਤੁਸੀਂ ਬੇਅਦਬੀ ਕਰਦੇ ਆ। ਪਹਿਲਾਂ ਤਾਂ ਸਤਿਗੁਰੂ ਨਾਨਕ ਨੂੰ ਇਹ ਗੁਰੂ ਕਹਿੰਦੇ ਨੇ, ਗੁਰੂ ਹੁੰਦਾ ਮਾਤਾ ਪਿਤਾ ਪੰਡਿਤ, ਨੀਚਾ ਹੁੰਦਾ ਉਸ ਤੋਂ ਵੱਡਾ ਹੁੰਦਾ ਸਤਿਗੁਰੂ, ਮਨ ਨੂੰ ਜਿਹੜਾ ਸਿੱਖ ਜਾਂਦਾ ਉਸ ਤੋਂ ਵੱਡਾ ਹੁੰਦਾ ਸੱਚੇ ਪਾਤਸ਼ਾਹ। ਅਤੇ ਚਾਰ ਸੱਚੇ ਪਾਤਸ਼ਾਹ ਹੋਏ ਨੇ, ਜਦੋਂ ਸੱਚੇ ਪਾਤਸ਼ਾਹ ਨੂੰ ਤੁਸੀਂ ਗੁਰੂ ਕਹਿ ਦਿਓ ਉਦੋਂ ਤਾਂ ਬਹੁਤ ਹੀ ਬੇਅਦਬੀ ਹੈਗੀ। ਯਾਨੀ ਕਿ ਸੱਚੇ ਪਾਤਸ਼ਾਹ ਗੋਬਿੰਦ ਸਿੰਘ ਜੀ ਨੂੰ ਜੇ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਕਹਿ ਦਿਓ ਤਾਂ ਉਹ ਤਾਂ ਫਿਰ ਬ੍ਰਾਹਮਣ ਦੇ ਬਰਾਬਰ ਲੈ ਆਉਂਦਾ, ਮਾਤਾ ਪਿਤਾ ਅਤੇ ਬ੍ਰਾਹਮਣ ਇਹ ਗੁਰੂ ਹੁੰਦੇ ਨੇ। ਅਤੇ ਜਿਹਨੂੰ ਇਹ ਅਕਲ ਹੈਗੀ ਵੀ ਉਹਨੂੰ ਇਹ ਵੀ ਨਹੀਂ ਪਤਾ ਵੀ ਉਹ ਸਤਿਗੁਰੂ ਅਤੇ ਸੱਚੇ ਪਾਤਸ਼ਾਹ ਕੀ ਹੁੰਦਾ, ਉਹ ਸਿੱਖ ਕਾਹਦਾ ਫਿਰ। ਇਸ ਕਰਕੇ ਇਹਨਾਂ ਨੂੰ ਇਹ ਗਧੇ ਖਾਲਸੇ ਹੈਗੇ ਨੇ ਜਿਹੜੇ ਘਰਾਂ 'ਚ ਫਿਰਦੇ ਨੇ ਅਤੇ ਐਵੇਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਜਗਾਉਂਦੇ ਨੇ ਪਰ ਰਹਿੰਦੇ ਘਰਾਂ 'ਚ ਹੈਗੇ ਨੇ, ਅਤੇ ਅਸਲ ਖਾਲਸਾ ਦੇ ਘਰਾਂ 'ਚ ਨਹੀਂ ਰਹਿੰਦਾ, ਉਹ ਤਾਂ ਆਪਣੇ ਜੰਗਲਾਂ 'ਚ ਰਹਿੰਦਾ ਕਿ ਉਹਨੇ ਘਰ ਪਰ ਛੱਡਿਆ ਹੁੰਦਾ। ਅਤੇ ਸਿੱਖ ਦਾ ਹੁੰਦਾ ਧਰਮ ਵੀ ਉਹ ਘਰ 'ਚ ਗ੍ਰਿਸ਼ਤੀ ਹੋਵੇ, ਖਾਲਸਾ ਨਹੀਂ ਗ੍ਰਿਸ਼ਤੀ ਹੁੰਦਾ, ਨਾ ਹੀ ਨਿਰਮੁੜਾ ਸੰਤ ਗ੍ਰਿਸ਼ਤੀ ਹੁੰਦਾ ਹੈਗਾ, ਉਹ ਦਾਸ ਹੁੰਦੇ ਨੇ, ਉਹ ਸਿੰਘ ਨਹੀਂ ਹੁੰਦੇ। ਇਸ ਕਰਕੇ ਤੁਸੀਂ ਸੁਰਤੀ ਨਾਲ ਚੱਲੋ ਅਤੇ ਤੁਹਾਡਾ ਹਿਸਾਬ ਕਿਤਾਬ ਅਕਾਲ ਪੁਰਖ ਤੁਸੀਂ ਦੇਣਾ, ਇਹ ਜਿਹੜੇ ਗ੍ਰੰਥੀ ਜਾਂ ਹੋਰ ਹੈਗੇ ਉਹਨਾਂ ਨੇ ਨਹੀਂ ਦੇਣਾ। ਅਤੇ ਬਾਕੀ ਭਿੰਡਰ ਵਾਲੇ ਜਿਹੜਾ ਗਿਆ ਸੀ ਉੱਥੇ ਹਰਿਮੰਦਰ ਸਾਹਿਬ, ਉਹਨੂੰ ਪੁੱਛੇ ਵੀ ਤੇਰਾ ਫੇ ਜਿਹੜਾ ਸੀਗਾ ਸੱਚੇ ਪਾਤਸ਼ਾਹ ਗੋਬਿੰਦ ਸਿੰਘ ਜੀ ਉਹ ਤਾਂ ਉੱਥੇ ਗਏ ਨਹੀਂ, ਅਤੇ ਤੂੰ ਪੁੱਤ ਉਹਦਾ ਕੀ ਕਰਦਾ ਸੀ ਉੱਥੇ, ਕਿਰਪਾਨਾਂ ਲੈ ਕੇ ਚਲਾ ਗਿਆ ਅਤੇ ਉੱਥੇ ਬੰਦੂਕਾਂ, ਸਿੱਖ ਦਾ ਨਾ ਕੋਈ ਬੈਰੀ ਨਾ ਕੋਈ ਬਗਾਨਾ। ਅਤੇ ਇਹ ਫਿਰ ਜਿਹੜੀ ਉੱਥੇ ਹੋਈ ਬੇਅਦਬੀ ਫਿਰ ਇਹਨੇ ਕਰਾਈ। ਅਤੇ ਹੈਗਾ ਇਹਨਾਂ ਦਾ ਜਿਹੜੇ ਨਾ ਫਨੈਟਿਕ ਹੈਗੇ ਨੇ, ਇਹਨਾਂ ਦਾ ਸਰਪੰਚ ਹੈਗਾ ਸਰਦਾਰ, ਹਮੇਸ਼ਾ ਪਿੰਡਰਾਂ ਨੇ ਆਹ ਕੀਤਾ ਜੀ ਉਹ ਕੀਤਾ, ਅਤੇ ਇਹ ਨਹੀਂ ਪਤਾ ਵੀ ਪਿੰਡਰਾਂ ਨੇ ਜਿੰਨੀ ਬੇਅਦਬੀ ਕੀਤੀ ਹੈਗੀ ਸਿੱਖਾਂ ਦੀ ਉਹਨੇ ਕਿਸੇ ਨੇ ਨਹੀਂ ਕੀਤੀ। ਅਤੇ ਬਾਕੀ ਤੁਹਾਡੀ ਮਰਜ਼ੀ,
ਪ੍ਰਚਾਰ ਹੁੰਦਾ ਹੈ, ਛਿੱਟਾ ਹੁੰਦਾ ਹੈ, ਉਹ ਜਿਹਦੇ ਮਨ 'ਚ ਵੱਸ ਜਾਏ ਉਹਨੂੰ ਮਿਲ ਜਾਂਦਾ ਹੈਗਾ, ਬਾਕੀ ਦੇ ਜਿੱਦਾਂ ਆਏ ਉੱਦਾਂ ਚਲੇ ਗਏ। ਅਤੇ ਬਾਕੀ ਰਾਮ 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 ਹੈਗਾ ਜਿਹੜਾ ਅੰਦਰ ਰਮ ਰਿਹਾ ਹੈਗਾ ਤੁਹਾਡੇ, ਰਾਮ ਚੰਦਰ ਹੋਰ ਹੈਗਾ, ਰਾਮ ਰਾਮ ਹੋਰ ਹੈਗਾ। ਅਤੇ ਇਸ ਕਰਕੇ ਰਾਮ ਰਾਮ ਕਹੀਦਾ, ਰਾਮ ਰਾਮ ਸੱਤ ਹੈ। ਜਦੋਂ ਆਦਮੀ ਮਰ ਜਾਂਦਾ ਨਾ, ਉਦੋਂ ਰਾਮ ਦੀ ਲੀਲਾ ਜਿਹੜੀ ਉਹ ਹੁੰਦੀ ਹੈ, ਰਮ ਰਿਹਾ ਅੰਦਰ ਉਹ ਚਲੇ ਜਾਂਦਾ, ਉਦੋਂ ਕੋਈ ਰਾਮ ਰਾਮ ਸੱਤ ਕਹਿੰਦਾ ਨਹੀਂ ਹੈਗਾ। ਵਾਹਿਗੁਰੂ ਵਾਹਿਗੁਰੂ ਕਰੀ ਜਾਂਦੇ ਨੇ, ਵਾਹਿਗੁਰੂ ਕਿਸੇ ਦਾ ਨਾਂ ਨਹੀਂ ਹੈਗਾ ਗੋਡ ਦਾ। ਵਾਹਿਗੁਰੂ ਤਾਂ ਹੈਗੀ ਅਪਲੋਡ, ਯਾਨੀ ਕਿ ਸ਼ਾ ਵਾਹ ਵਾਹ ਕਿਆ ਕਹਿੰਦੇ। ਜਦੋਂ ਸਤਿਗੁਰੂ ਬੋਲਦਾ ਹੈਗਾ, ਵਿਆਖਿਆ ਕਰਦਾ ਨਾ ਅਕਾਲ ਪੁਰਖ ਦੀ ਬਾਣੀ ਦੀ, ਧੁਰ ਕੀ ਬਾਣੀ ਦੀ ਵਿਆਖਿਆ ਕਰਦਾ ਹੈਗਾ, ਫਿਰ ਉਹਦੀ ਵਾਹ ਵਾਹ ਹੁੰਦੀ ਹੈਗੀ। ਅਤੇ ਤਦ ਜਿਹੜਾ ਅੰਤਰ ਗੁਰੂ ਹੈਗਾ ਨਾ ਆਪਣਾ ਸਤਿਗੁਰੂ, ਉਹਦੀ ਵਾਹ ਵਾਹ ਹੁੰਦੀ ਹੈਗੀ ਵਾਹਿਗੁਰੂ। ਉਹ ਜਿਹੜਾ ਖਾਲਸਾ ਨਿਆਰਾ ਹੁੰਦਾ ਉਹ ਆਪਣੇ ਅੰਤਰ ਗੁਰੂ ਦੇ ਮੁਤਾਬਿਕ ਚੱਲਦਾ ਹੈਗਾ। ਇਸ ਕਰਕੇ ਉਹਦਾ ਜਿਹੜਾ ਹੈਗਾ ਵਾਹਿਗੁਰੂ ਹੈਗਾ ਅੰਤਰ, ਵਾਹਿਗੁਰੂ ਜੀ ਕਾ ਖਾਲਸਾ ਯਾਨੀ ਅਕਾਲ ਪੁਰਖ ਦਾ ਖਾਲਸਾ, ਜਿਹੜਾ ਵਾਹਿਗੁਰੂ ਜਿਹੜਾ ਜੋ ਮੇਰਾ ਅੰਤਰ ਬੈਠਾ ਹੈ ਜਿਹੜਾ ਸਤਿਗੁਰੂ, ਉਹ ਜੋ ਕਹਿੰਦਾ ਉਹ ਮੈਂ ਕਰਦਾ ਹੈਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਯਾਨੀ ਕਿ ਅਕਾਲ ਪੁਰਖ ਦੀ ਫਤਿਹ। ਬਾਕੀ ਰਾਮ ਰਾਮ।